ਅੱਜ ਦੀ ਮਾਰਨਿੰਗ ਸਲਾਈਡ ਅੱਜ ਮਿਤੀ ਹੈ 8 ਅਕਤੂਬਰ 21 21 ਦਿਨ ਸ਼ੁੱਕਰਵਾਰ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਫਰਡੇ ਕਹਿੰਦੇ ਹਾਂ ਅੱਜ ਦਾ ਵਿਚਾਰ ਹਮੇਸ਼ਾ ਆਪਣੇ ਆਪ ਤੇ ਵਿਸ਼ਵਾਸ ਰੱਖੋ ਬੱਚਿਓ ਸਾਨੂੰ ਹਮੇਸ਼ਾ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕਿਸੇ ਕੰਮ ਨੂੰ ਨਹੀਂ ਕਰ ਸਕਦੇ ਜਾਂ ਕਿਸੇ ਚੀਜ਼ ਨੂੰ ਨਹੀਂ ਸਿੱਖ ਸਕਦੇ ਕੋਈ ਵੀ ਚੀਜ਼ ਜਾਂ ਕੰਮ ਅਸੰਭਵ ਨਹੀਂ ਹੁੰਦਾ ਇੱਕ ਦ੍ਰਿੜ ਨਿਸ਼ਚਾ ਅਗਰ ਸਾਡੇ ਕੋਲ ਹੈ ਤਾਂ ਅਸੀਂ ਉਸ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦੇ ਹਾਂ ਗਿਆਨ ਵਿਗਿਆਨ ਸ਼ੋਕ ਚੱਕਰ ਵਿੱਚ ਕਿੰਨੀਆਂ ਤੀਲੀਆਂ ਹੁੰਦੀਆਂ ਹਨ ਬੱਚਿਓ ਤੁਸੀਂ ਤਿਰੰਗੇ ਝੰਡੇ ਵਿੱਚ ਸ਼ੋਕ ਚੱਕਰ ਦੇਖਿਆ ਹੋਵੇਗਾ ਉਸ ਵਿੱਚ ਜਿਹੜਾ ਚੱਕਰ ਬਣਿਆ ਹੁੰਦਾ ਹੈ ਉਸ ਨੂੰ ਸ਼ੋਕ ਚੱਕਰ ਕਹਿੰਦੇ ਹਨ ਤੇ ਉਸ ਵਿੱਚ 24 ਤੀਲੀਆਂ ਜਾਂ ਲਾਈਨਸ ਬਣੀਆਂ ਹੁੰਦੀਆਂ ਹਨ। ਪਸੇਨੀ ਵਾਲਾ ਬਾਰਡਰ ਕਿਸ ਜ਼ਿਲ੍ਹੇ ਵਿੱਚ ਹੈ? ਪਸੇਨੀ ਵਾਲਾ ਬਾਰਡਰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੈ। ਸ਼ਹੀਦ ਸੁਖਦੇਵ ਦਾ ਜਨਮ ਕਿੱਥੇ ਹੋਇਆ ਸੀ? ਸ਼ਹੀਦ ਸੁਖਦੇਵ ਦਾ ਜਨਮ ਜ਼ਿਲ੍ਹਾ ਲੁਧਿਆਣਾ ਪੰਜਾਬ ਵਿੱਚ ਹੋਇਆ ਸੀ। ਸੰਖਿਆ 546 ਵਿੱਚ ਚਾਰ ਦਾ ਸਥਾਨਕ ਮੁੱਲ ਕੀ ਹੈ? ਬੱਚਿਓ ਸੰਖਿਆ 546 ਵਿੱਚ 4 ਦਾ ਸਥਾਨਕ ਮੁੱਲ 40 ਹੈ ਬਰੇਲ ਲਿਪੀ ਦੀ ਖੋਜ ਕਿਸ ਨੇ ਕੀਤੀ ਬਰੇਲ ਲਿਪੀ ਦੀ ਖੋਜ ਲੂਈ ਬਰੇਲ ਨੇ ਕੀਤੀ ਆਉ ਬੁਝੀ ਜਾ ਅਜ ਦੀ 부ਜਾਰਤ ਨਿੱਕੀ ਜਈ ਕੁੜੀ ਲੈ ਪਰਾਂਦਾ ਤੁਰੇ ਬਿਲਕੁਲ ਸਹੀ ਬੱਚੋ ਇਹਦਾ ਸਹੀ ਆਨਸਰ ਹੈ ਸੂਈ ਤਾਗਾ ਵਰਡਸ ਫਾਰ ਪ੍ਰੈਕਟਿਸ ਫਸਟ ਵਰਡ ਇਜ਼ ਯੀਰ Y E A R year year means iksal second word month m o n t h month month means mahina third word is week w w k week week means hafta fourth word is r h o u r r r means ikkante Sama. fifth word is minutes m I N U T E S ਮਿੰਟਸ ਮਿੰਟਸ ਮੀਨ ਮਿੰਟ ਬੱਚਿਓ ਅਸੀ ਅੱਜ ਦੀ ਤੁਹਾਡੀ ਮਾਰਨਿੰਗ ਸਲਾਈਡ ਆਸ ਕਰਦਾ ਕਿ ਤੁਸੀਂ ਅੱਜ ਵੀ ਇਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ ਥੈਂਕ ਯੂ ਬੇਟਾ